ਪੰਜਾਬੀਆਂ ਲਈ ਹੁਣ ਇੱਕ ਵੱਡੀ ਖੁਸ਼ਖਬਰੀ ਹੈ। ਜੀ ਹਾਂ, ਬਹੁਤ ਜਲਦ ਅੰਮ੍ਰਿਤਸਰ ਤੋਂ ਸਿੱਧਾ ਲੰਡਨ ਦੀ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਖੁਦ ਸਿੱਖ MP ਤਨਮਨਜੀਤ ਸਿੰਘ ਢੇਸੀ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਸਾਂਝੀ ਕੀਤੀ ਹੈ। ਤੁਸੀਂ ਵੀ ਸੁਣੋ ਇਹ ਖੁਸ਼ਖਬਰੀ। ਬਹੁਤ ਹੀ ਵਧੀਆ ਖੁਸ਼ਖਬਰੀ ਆਪਾਂ ਨੂੰ ਮਿਲੀ ਹੈ, ਜਿਹੜੇ 550ਵੇਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਨਵੰਬਰ 2019 ਦੇ ਵਿੱਚ ਲੰਡਨ ਤੋਂ ਸਟੈਂਸਟਡ ਜਿਹੜਾ ਏਅਰਪੋਰਟ ਹੈ ਇੱਥੇ ਲੰਡਨ ਦੇ ਵਿੱਚ, ਉੱਥੋਂ ਸਿੱਧੀਆਂ ਉਡਾਨਾਂ ਅੰਮ੍ਰਿਤਸਰ ਨੂੰ ਜਾਣਗੀਆਂ, ਜੋ ਹਫ਼ਤੇ 'ਚ 3 ਵਾਰੀ ਚੱਲੂਗੀਆਂ। ਮੈਂ ਬਹੁਤ ਬਹੁਤ ਧੰਨਵਾਦੀ ਹਾਂ ਏਅਰ ਇੰਡੀਆ ਅਤੇ ਜਿਹੜੇ ਇੰਡੀਅਨ ਸਰਕਾਰ ਕੈਬਨਿਟ ਦਾ ਕਿ ਜਿਨ੍ਹਾਂ ਨੇ ਇਹ ਫੈਸਲਾ ਲਿਆ। ਇਹ ਨਾਲੇ ਮੈਂ ਬਹੁਤ ਰਿਣੀ ਹਾਂ ਜਿਹੜੇ ਸਾਥੀ MP ਸਾਹਿਬਾਨ, ਚਾਹੇ ਉੱਥੇ UK ਦੇ ਵਿੱਚ ਨੇ, ਚਾਹੇ ਇੰਡੀਆ ਜਾਂ ਹੋਰ ਦੇਸ਼ਾਂ ਦੇ ਵਿੱਚ, ਅਤੇ ਉਚੇਚੇ ਤੌਰ 'ਤੇ ਅੰਮ੍ਰਿਤਸਰ ਵਿਕਾਸ ਮੰਚ, ਸੇਵਾ ਟਰੱਸਟ UK ਅਤੇ ਹੋਰ ਸਾਥੀ ਸੱਜਣਾਂ, ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ, ਬੜੇ ਲੰਬੇ ਸਮੇਂ ਤੋਂ ਉਹਨਾਂ ਨੇ ਸਮਰਥਨ ਕੀਤਾ ਤਾਂ ਕਿ ਆਪਾਂ ਇਹ ਦਿਨ ਦੇਖਣ ਨੂੰ ਆਪਾਂ ਨੂੰ ਮਿਲ ਰਿਹਾ। ਮੈਂ ਸਮਝਦਾ ਕਿ ਇਸ ਦੇ ਨਾਲ ਪੰਜਾਬ ਦਾ, ਇੰਡੀਆ ਦਾ ਅਤੇ UK ਦਾ ਅਤੇ ਹੋਰ ਜਿੱਥੇ ਵੀ ਪੰਜਾਬੀ ਰਹਿ ਰਹੇ ਨੇ ਉਹਨਾਂ ਸਾਰਿਆਂ ਦਾ ਫਾਇਦਾ ਹੋਊਗਾ, ਵਪਾਰ ਦੇ ਵਿੱਚ ਵੀ ਵਾਧਾ ਹੋਊਗਾ ਅਤੇ ਸੈਰ ਸਪਾਟੇ ਦੇ ਵਿੱਚ ਵੀ। ਸੋ ਬਹੁਤ ਬਹੁਤ ਵਧੀਆ ਗੱਲ ਹੈ ਅਤੇ ਮੈਨੂੰ ਆਸ ਹੈ ਕਿ ਜਿਹੜੇ ਪੰਜਾਬੀ ਜੋ ਯਾਤਰੀ ਨੇ ਅਤੇ ਹੋਰ ਵੀ ਜਿਹੜੇ ਮੁਸਾਫਿਰ ਨੇ ਉਹ ਸਾਥ ਦਿਓਗੇ ਤਾਂ ਕਿ ਉਹ ਇਸ ਫਲਾਈਟ ਨੂੰ ਸਫਲ ਕਰੂਗੇ। ਜਾਣਕਾਰੀ ਮੁਤਾਬਿਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਫਲਾਈਟ ਨਵੰਬਰ 'ਚ ਸ਼ੁਰੂ ਹੋਣ ਜਾ ਰਹੀ ਹੈ, ਜਿਸ ਤੋਂ ਬਾਅਦ ਪੰਜਾਬੀਆਂ ਦੀਆਂ ਮੁਸ਼ਕਿਲਾਂ ਦੂਰ ਹੋ ਜਾਣਗੀਆਂ ਅਤੇ ਲੰਬੇ ਸਮੇਂ ਤੋਂ ਉਡੀਕ ਰਹੇ ਪੰਜਾਬੀਆਂ ਦੀ ਆਸਾਂ ਨੂੰ ਪੂਰ ਪਜਾਵੇਗਾ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।